ਹੈਲੋ ਐਵਰੀਵਨ, ਵੈਲਕਮ ਟੂ ਆਰ ਐਕਸਲੈਂਸ ਅਕੈਡਮੀ ਜਲਾਲਾਬਾਦ। ਕਿਵੇਂ ਹੋ ਤੁਸੀਂ ਸਾਰੇ? ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਤਾਂ ਅੱਜ ਆਪਾਂ ਸਟੂਡੈਂਟਸ ਦੀ ਲਗਾਤਾਰ ਡਿਮਾਂਡ 'ਤੇ ਲੈ ਕੇ ਆਏ ਹਾਂ ਮੈਥਸ ਦਾ ਸੈਸ਼ਨ। ਸਟੂਡੈਂਟਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਮੈਥਸ ਦਾ ਲੈਕਚਰ ਲੈ ਕੇ ਆਓ, ਲੈਕਚਰ ਲੈ ਕੇ ਆਓ। ਤਾਂ ਅੱਜ ਉਹਨਾਂ ਦੀ ਡਿਮਾਂਡ 'ਤੇ ਆਪਾਂ ਕੀ ਕਰਨ ਜਾ ਰਹੇ ਹਾਂ? ਮੈਥਸ। ਮੈਥ ਬਹੁਤ ਜ਼ਿਆਦਾ ਸਟੂਡੈਂਟਸ ਦਾ ਫੀਅਰ ਆ, ਬਹੁਤ ਸਟੂਡੈਂਟਸ ਨੂੰ ਡਰ ਲੱਗਦਾ ਮੈਥ ਤੋਂ, ਪਰ ਮੈਥ ਹੁੰਦਾ ਕੁਛ ਨਹੀਂ। ਆਪਾਂ ਮੈਥਸ ਬਿਲਕੁਲ ਬੇਸਿਕਸ ਤੋਂ ਕਰਾਂਗੇ। ਜਿੱਦਾਂ ਬਹੁਤ ਸਟੂਡੈਂਟਸ ਹੁੰਦੇ ਆ ਜਿਨ੍ਹਾਂ ਨੂੰ ਮੈਥ ਬਹੁਤ ਔਖਾ ਲੱਗਦਾ, ਕਰੇ ਤੋਂ ਬਿਨਾਂ ਹੀ ਉਹਨਾਂ ਨੂੰ ਐਂ ਲੱਗਦਾ ਵੀ ਇਹ ਤਾਂ ਹੋਣਾ ਹੀ ਨਹੀਂ। ਪਰ ਆਪਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਜਿਨ੍ਹਾਂ ਨੂੰ ਬਿਲਕੁਲ ਵੀ ਨਹੀਂ ਆਉਂਦਾ ਉਹਨਾਂ ਨੂੰ ਵੀ ਧਿਆਨ 'ਚ ਰੱਖ ਕੇ ਉਹਨਾਂ ਦੇ ਅਕੋਰਡਿੰਗ ਆਪਾਂ ਟ੍ਰਿਕਸ ਨਾਲ ਜਾਂ ਛੋਟੇ ਛੋਟੇ ਫੋਰਮਸ ਜਿੱਦਾਂ ਵੀ ਹੋਇਆ ਆਪਾਂ ਬਹੁਤ ਈਜ਼ੀ ਵੇ ਨਾਲ ਕਰਾਂਗੇ ਮੈਥ। ਤਾਂ ਆਪਾਂ ਅੱਜ ਜੋ ਟੋਪਿਕ ਕਰਨ ਜਾ ਰਹੇ ਹਾਂ ਮੈਥਸ ਦਾ, ਉਹ ਹੈਗਾ ਨੰਬਰ ਸਿਸਟਮ। ਨੰਬਰ ਸਿਸਟਮ ਮੈਥਸ ਦਾ ਬੇਸ ਆ। ਨੰਬਰਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਕੀ ਹੁੰਦੇ ਆ, ਜਿੱਦਾਂ 1, 2, 3, 4, 5, 6, 7 ਅਪ ਟੂ ਸੋ ਔਨ, ਇਹ ਸਾਰੇ ਕੀ ਹੈਗੇ ਆ? ਨੰਬਰਸ। ਐਂਡ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਟੋਟਲ ਨੰਬਰਸ ਕਿੰਨੇ ਹੁੰਦੇ ਆ? 9। ਕਿਹੜੇ ਕਿਹੜੇ ਹੁੰਦੇ ਆ? 0 ਤੋਂ ਸਟਾਰਟ ਹੋ ਕੇ ਅਪ ਟੂ 9। ਯੂਨੀਵਰਸ ਵਿੱਚ ਜਿੰਨੇ ਵੀ ਨੰਬਰਸ ਹੈਗੇ ਆ, ਜਿੰਨੀਆਂ ਵੀ ਸੰਖਿਆਵਾਂ ਹੈਗੀਆਂ, ਸਾਰੀਆਂ ਦੀਆਂ ਸਾਰੀਆਂ 0 ਤੋਂ ਲੱਗ ਕੇ 9 ਦੇ ਵਿੱਚ ਹੀ ਕਵਰ ਹੁੰਦੀਆਂ। ਚਾਹੇ ਤੁਸੀਂ ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਨੰਬਰ ਲਿਖ ਲਓ, ਚਾਹੇ ਕੋਈ ਛੋਟੇ ਤੋਂ ਛੋਟਾ ਨੰਬਰ ਲਿਖ ਲਓ, ਪਰ ਹਰ ਇੱਕ ਸੰਖਿਆ 0 ਤੋਂ ਲੱਗ ਕੇ 9 ਦੇ ਵਿੱਚ ਹੀ ਕਵਰ ਹੋਏਗੀ ਹਮੇਸ਼ਾ। ਤਾਂ ਚਲੋ ਆਪਾਂ ਆਪਣੇ ਟੋਪਿਕ ਵੱਲ ਵਧਦੇ ਹਾਂ ਅੱਗੇ, ਜੋ ਕਿ ਆ ਨੰਬਰ ਸਿਸਟਮ। ਨੰਬਰ ਸਿਸਟਮ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਆ? ਸੰਖਿਆ ਪ੍ਰਣਾਲੀ। ਅੱਗੇ ਕਲਾਸੀਫਿਕੇਸ਼ਨ ਆਫ ਨੰਬਰਸ। ਨੰਬਰਸ ਬੇਸਿਕਲੀ ਦੋ ਫੋਰਮਸ ਵਿੱਚ ਡਿਵਾਈਡ ਕੀਤਾ ਜਾਂਦਾ, ਕਲਾਸੀਫਾਈ ਕੀਤਾ ਜਾਂਦਾ। ਪਹਿਲੀ ਕੀ ਆ? ਰੀਅਲ ਨੰਬਰਸ। ਸੈਕਿੰਡ ਕੀ ਆ? ਇਮੈਜਨਰੀ ਨੰਬਰਸ। ਰੀਅਲ ਨੰਬਰਸ ਕੀ ਹੁੰਦੇ ਆ ਅਤੇ ਇਮੈਜਨਰੀ ਨੰਬਰਸ ਕੀ ਹੁੰਦੇ ਆ? ਰੀਅਲ ਨੰਬਰਸ ਨੂੰ ਆਪਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਵਾਸਤਵਿਕ ਸੰਖਿਆਵਾਂ, ਵਾਸਤਵਿਕ ਸੰਖਿਆਵਾਂ। ਇਮੈਜਨਰੀ ਨੰਬਰਸ ਨੂੰ ਆਪਾਂ ਕੀ ਕਹਿ ਸਕਦੇ ਹਾਂ? ਕਾਲਪਨਿਕ ਸੰਖਿਆਵਾਂ। ਆਪਾਂ ਅੱਗੇ ਫਰਦਰ ਡਿਸਕਸ ਕਰਾਂਗੇ ਕਿ ਰੀਅਲ ਨੰਬਰਸ ਕੀ ਹੁੰਦੇ ਆ ਅਤੇ ਇਮੈਜਨਰੀ ਨੰਬਰਸ ਕੀ ਹੁੰਦੇ ਆ, ਅੱਗੇ ਡਿਟੇਲ 'ਚ ਕਰਾਂਗੇ। ਸੋ ਰੀਅਲ ਨੰਬਰਸ ਕੀ ਹੁੰਦੇ ਆ? ਬੇਸਿਕਲੀ ਅਗਰ ਆਪਾਂ ਕਹੀਏ ਸਿੰਪਲ ਲੈਂਗੁਏਜ 'ਚ, ਰੀਅਲ ਨੰਬਰਸ ਉਹ ਹੁੰਦੇ ਆ ਜਿਹੜੇ ਕਿ ਕਿਸੇ ਵੀ ਨੰਬਰ ਲਾਈਨ 'ਤੇ ਰੀਪ੍ਰਜੈਂਟ ਕੀਤੇ ਜਾ ਸਕਦੇ ਆ। ਹੁਣ ਨੰਬਰ ਲਾਈਨ ਕੀ ਹੁੰਦੀ ਆ? ਨੰਬਰ ਲਾਈਨ ਹੁੰਦੀ ਆ ਜਿਹੜੀ ਆਪਾਂ ਛੋਟੀਆਂ ਕਲਾਸਿਸ ਵਿੱਚ ਕਰਦੇ ਹੁੰਦੇ ਸੀ, ਉਹੀ 0, 1, 2, 3 ਅਪ ਟੂ ਸੋ ਔਨ, ਇਹ ਹੁੰਦੀ ਆ ਨੰਬਰ ਲਾਈਨ। ਇਸ ਨੰਬਰ ਲਾਈਨ 'ਤੇ ਜਿਹੜੇ ਵੀ ਨੰਬਰਸ ਆਪਾਂ ਰੀਪ੍ਰਜੈਂਟ ਕਰ ਦਈਏ ਉਹ ਹੁੰਦੇ ਆ ਰੀਅਲ ਨੰਬਰਸ। ਹੁਣ ਇਹਦੇ 'ਤੇ ਆਪਾਂ ਕਿਹੜੇ ਕਿਹੜੇ ਨੰਬਰ ਰੀਪ੍ਰਜੈਂਟ ਕਰ ਦਿੰਦੇ ਕਰ ਸਕਦੇ ਹਾਂ? ਜੋ ਸਾਹਮਣੇ ਦਿਖਦੇ ਪਿਆ 1, 2, 3 ਅਪ ਟੂ ਸੋ ਔਨ, ਪੂਰੇ ਪੂਰੇ ਨੰਬਰਸ ਜਿਹੜੇ ਹੁੰਦੇ ਆ ਉਹ ਤਾਂ ਆਪਾਂ ਰੀਪ੍ਰਜੈਂਟ ਕਰ ਹੀ ਸਕਦੇ ਹਾਂ, ਉਹ ਤਾਂ ਰੀਅਲ ਨੰਬਰਸ ਹੈਗੇ ਹੀ ਆ। ਪਰ ਦੂਸਰੀ ਸਾਈਡ 'ਤੇ ਜਿਹੜੇ ਪੁਆਇੰਟਸ ਵਿੱਚ ਨੰਬਰ ਹੁੰਦੇ ਆ, ਪੁਆਇੰਟਸ ਵਾਲੇ, ਉਹ ਵੀ ਆਪਾਂ ਨੰਬਰ ਲਾਈਨ 'ਤੇ ਰੀਪ੍ਰਜੈਂਟ ਕਰ ਸਕਦੇ ਹਾਂ। ਜਿੱਦਾਂ 1/2 ਆ, 1/2 ਨੂੰ ਅਗਰ ਪੁਆਇੰਟਸ ਵਿੱਚ ਲਿਖੀਏ ਤਾਂ ਕਿੱਦਾਂ ਲਿਖਾਂਗੇ ਆਪਾਂ? 0.5। ਹੁਣ ਇੱਥੇ 0.5 ਇੱਥੇ ਹੋਏਗਾ 0 ਅਤੇ 1 ਦੇ ਮਿਡ ਵਿੱਚ 0.5, ਇਹ ਆਪਾਂ ਕੀ ਕਰਤਾ? ਨੰਬਰ ਲਾਈਨ 'ਤੇ ਰੀਪ੍ਰਜੈਂਟ ਕਰਤਾ। ਸੋ ਇਹ ਵੀ ਕੀ ਹੈਗਾ? ਇੱਕ ਰੀਅਲ ਨੰਬਰ। ਰੀਅਲ ਨੰਬਰਸ ਉਹ ਹੁੰਦੇ ਆ ਜਿਹੜੇ ਆਪਾਂ ਨੰਬਰ ਲਾਈਨ 'ਤੇ ਰੀਪ੍ਰਜੈਂਟ ਕਰ ਸਕਦੇ ਹਾਂ, ਠੀਕ ਆ। ਅੱਗੇ ਦੂਸਰੀ ਫੋਰਮ ਆਪਾਂ ਕਰਾਂਗੇ ਇਮੈਜਨਰੀ ਨੰਬਰਸ। ਇਮੈਜਨਰੀ ਨੰਬਰਸ ਮਤਲਬ ਕਾਲਪਨਿਕ ਸੰਖਿਆਵਾਂ। ਬੇਸਿਕਲੀ ਦੇਖੀਏ ਤਾਂ ਇੱਥੋਂ ਨਾਮ ਤੋਂ ਕਲੀਅਰ ਹੋ ਰਿਹਾ, ਕਾਲਪਨਿਕ ਸੰਖਿਆਵਾਂ।
ਜਿਹੜੀ ਆਪਾਂ ਕਲਪਨਾ ਕਰਦੇ ਹਾਂ, ਜਿਹੜਾ ਰੀਅਲ ਵਿੱਚ ਕੁਛ ਨਹੀਂ ਹੁੰਦਾ, ਪਰ ਜਸਟ ਉਹ ਆਪਣੀਆਂ ਇਮੈਜੀਨੇਸ਼ਨਸ ਹੁੰਦੀਆਂ, ਜਿੱਦਾਂ ਇਮੈਜਿਨਰੀ, ਸਿਰਫ ਆਪਣੀਆਂ ਥਿੰਕਿੰਗਸ, ਆਪਣੀ ਸੋਚ, ਜਿੱਦਾਂ ਆਪਾਂ ਸੁਪਨੇ ਬਹੁਤ ਵੱਡੇ ਵੱਡੇ ਵੇਖ ਲੈਂਦੇ ਹਾਂ ਕਈ ਵਾਰ, ਉੱਦਾਂ ਹੀ ਇਹ ਸਿਰਫ ਆਪਣੀਆਂ ਇਮੈਜੀਨੇਸ਼ਨਸ ਹੈਗੀਆਂ, ਰੀਅਲ ਵਿੱਚ ਨਹੀਂ ਹੁੰਦੇ ਇਹ ਨੰਬਰਸ। ਇਹ ਕਿਹੜੇ ਕਿਹੜੇ ਹੁੰਦੇ ਆ ਅੱਗੇ ਆਪਾਂ ਡਿਸਕਸ ਕਰਦੇ ਹਾਂ। ਇਹਦੇ ਵਿੱਚ ਅੰਡਰ ਰੂਟ 'ਚ ਨੈਗੇਟਿਵ ਨੰਬਰਸ ਆਉਂਦੇ ਹੁੰਦੇ ਆ, ਇਹ ਆਪਣੇ ਸਿਲੇਬਸ 'ਚ ਨਹੀਂ ਹੁੰਦਾ ਬੇਸਿਕਲੀ, ਪਰ ਫਿਰ ਵੀ ਆਪਾਂ ਥੋੜ੍ਹੀ ਇਹਦੀ ਡਿਟੇਲ ਲੈ ਲੈਂਦੇ ਹਾਂ। ਇਹਦੇ ਵਿੱਚ ਨੰਬਰਸ ਆਉਣਗੇ ਜਿੱਦਾਂ -1, ਅੰਡਰ ਰੂਟ 'ਚ -2, ਅਪ ਟੂ ਸੋ ਔਨ। ਇਹ ਆਪਾਂ ਸੋਲਵ ਕਰ ਸਕਦੇ ਹਾਂ, ਜਿੱਦਾਂ ਮਾਈਨਸ ਹੋਏ ਅੰਡਰ ਰੂਟ ਅਤੇ ਅੰਡਰ, ਅਤੇ ਇਹਨੂੰ ਆਪਾਂ ਆਇਓਟਾ ਦੀ ਫੋਰਮ ਵਿੱਚ ਲਿਖ ਸਕਦੇ ਹਾਂ। ਆਇਓਟਾ ਇੱਕ ਇਹਨੂੰ ਰੀਪ੍ਰਜੈਂਟ ਕਰਨ ਦਾ ਤਰੀਕਾ ਹੈਗਾ, ਕੋਡ ਵਰਡ ਜਿੱਦਾਂ ਆਪਾਂ ਕਹਿ ਸਕਦੇ ਹਾਂ, ਇਹ ਇੱਕ ਕੋਡ ਹੈ ਆਇਓਟਾ। ਮਾਈਨਸ ਅੰਡਰ ਰੂਟ 'ਚ ਹੋਏ ਤਾਂ ਉਹਨੂੰ ਰੀਪ੍ਰਜੈਂਟ ਕਰਨ ਵਾਸਤੇ ਆਪਾਂ ਆਇਓਟਾ ਯੂਜ਼ ਕਰਦੇ ਹਾਂ। ਅਤੇ ਇੱਕ ਹੋਰ ਗੱਲ, ਜਿਹੜੇ ਇਮੈਜਨਰੀ ਨੰਬਰਸ ਹੁੰਦੇ ਆ ਉਹਨੂੰ ਕਦੇ ਵੀ ਆਪਾਂ ਨੰਬਰ ਲਾਈਨ 'ਤੇ ਰੀਪ੍ਰਜੈਂਟ ਨਹੀਂ ਕਰ ਸਕਦੇ, ਨੰਬਰ ਲਾਈਨ ਦੇ ਉੱਪਰ ਇਮੈਜਨਰੀ ਨੰਬਰਸ ਆਪਾਂ ਨਹੀਂ ਰੀਪ੍ਰਜੈਂਟ ਕਰ ਸਕਦੇ, ਠੀਕ ਆ। ਤਾਂ ਜਿਹੜੇ ਨੰਬਰਸ ਆਪਾਂ ਨੰਬਰ ਲਾਈਨ 'ਤੇ ਰੀਪ੍ਰਜੈਂਟ ਕਰ ਸਕਦੇ ਹਾਂ ਉਹ ਹੁੰਦੇ ਨੇ ਰੀਅਲ ਨੰਬਰਸ, ਅਤੇ ਜਿਹੜੇ ਨੰਬਰ ਆਪਾਂ ਨੰਬਰ ਲਾਈਨ 'ਤੇ ਨਹੀਂ ਰੀਪ੍ਰਜੈਂਟ ਕਰ ਸਕਦੇ ਉਹ ਹੁੰਦੇ ਨੇ ਇਮੈਜਨਰੀ ਨੰਬਰਸ। ਬਹੁਤ ਸਿੰਪਲ ਜਿਹਾ, ਹੋਪ ਤੁਹਾਨੂੰ ਸਮਝ ਆ ਰਿਹਾ ਹੋਏਗਾ। ਆਪਾਂ ਇੱਥੇ ਕੀਤੀ ਹੈ ਕਲਾਸੀਫਿਕੇਸ਼ਨ ਆਫ ਨੰਬਰਸ ਦੋ ਫੋਰਮਸ ਵਿੱਚ, ਰੀਅਲ ਅਤੇ ਇਮੈਜਨਰੀ। ਰੀਅਲ ਜਿਹੜੇ ਨੰਬਰ ਲਾਈਨ 'ਤੇ ਰੀਪ੍ਰਜੈਂਟ ਕਰ ਸਕਦੇ ਆ, ਇਮੈਜਨਰੀ ਜਿਹੜੇ ਨੰਬਰ ਲਾਈਨ 'ਤੇ ਨਹੀਂ ਰੀਪ੍ਰਜੈਂਟ ਕਰ ਸਕਦੇ ਉਹ ਹੁੰਦੇ ਨੇ ਇਮੈਜਨਰੀ ਨੰਬਰਸ। ਅੱਗੇ ਆਪਾਂ ਕਰਦੇ ਹਾਂ ਰੀਅਲ ਨੰਬਰਸ ਦੀ ਐਕਸਪਲੇਨੇਸ਼ਨ। ਰੀਅਲ ਨੰਬਰਸ ਅੱਗੇ ਫਿਰ ਦੋ ਹਿੱਸਿਆਂ ਵਿੱਚ ਡਿਵਾਈਡ ਹੁੰਦੇ ਆ, ਉਹਨਾਂ ਦੀ ਕਲਾਸੀਫਿਕੇਸ਼ਨ ਉਹ ਕਿਹੜੇ ਕਿਹੜੀ ਹੈਗੀ ਆ। ਇੱਕ ਹੁੰਦੇ ਆ ਇੰਟੀਜ਼ਰਸ, ਅਤੇ ਸੈਕਿੰਡ ਕਿਹੜੇ ਹੁੰਦੇ ਆ ਡੈਸੀਮਲਸ। ਹੁਣ ਇੰਟੀਜ਼ਰਸ ਕੀ ਹੁੰਦੇ ਆ ਅਤੇ ਡੈਸੀਮਲਸ ਕੀ ਹੁੰਦੇ ਆ, ਇਹ ਆਪਾਂ ਅੱਗੇ ਪੜ੍ਹਾਂਗੇ। ਡੈਸੀਮਲਸ ਤਾਂ ਪਤਾ ਹੀ ਆ ਜਿਹੜੇ ਪੁਆਇੰਟਸ ਵਾਲੇ ਹੁੰਦੇ ਆ, ਅਤੇ ਇੰਟੀਜ਼ਰਸ ਕੀ ਹੁੰਦੇ ਆ, ਇੰਟੀਜ਼ਰਸ ਉਹ ਵੀ ਆਪਾਂ ਅੱਗੇ ਡਿਸਕਸ ਕਰਦੇ ਹਾਂ। ਪਹਿਲਾਂ ਆਪਾਂ ਡੈਸੀਮਲ ਡਿਸਕਸ ਕਰਦੇ ਹਾਂ, ਡੈਸੀਮਲਸ ਕੀ ਹੁੰਦੇ ਆ। ਡੈਸੀਮਲਸ ਉਹੀ ਨੰਬਰ ਆ ਜਿਹੜੇ ਪੁਆਇੰਟ ਤੋਂ ਬਾਅਦ ਆਉਂਦੇ ਆ, ਕੋਈ ਵੀ ਨੰਬਰ ਹੋਏ ਜਿਹਦੇ ਵਿੱਚ ਪੁਆਇੰਟ ਆ ਜਾਵੇ ਉਹ ਹੁੰਦੇ ਨੇ ਡੈਸੀਮਲ ਵਾਲੇ ਨੰਬਰਸ। ਅੱਗੇ ਡੈਸੀਮਲ ਵੀ ਦੋ ਹਿੱਸਿਆਂ ਵਿੱਚ ਡਿਵਾਈਡ ਹੁੰਦਾ, ਡੈਸੀਮਲ 'ਚ ਕਿਹੜੇ ਕਿਹੜੇ ਪਾਰਟਸ ਹੈਗੇ ਆ, ਇੱਕ ਹੈਗਾ ਟਰਮੀਨੇਟਿੰਗ, ਇੱਕ ਹੈਗਾ ਨੋਨ ਟਰਮੀਨੇਟਿੰਗ। ਟਰਮੀਨੇਟਿੰਗ ਕਿਹੜੇ ਹੁੰਦੇ ਆ, ਸ਼ਾਂਤ, ਦਸ਼ਮਲਵ। ਨੋਨ ਟਰਮੀਨੇਟਿੰਗ ਕਿਹੜੇ ਹੁੰਦੇ ਆ, ਅਸ਼ਾਂਤ, ਦਸ਼ਮਲਵ। ਇਹ ਆਪਾਂ ਨੂੰ ਨਾਮ ਤੋਂ ਹੀ ਕਲੀਅਰ ਹੋ ਰਿਹਾ ਕਿ ਸ਼ਾਂਤ ਅਤੇ ਅਸ਼ਾਂਤ। ਸ਼ਾਂਤ ਦਾ ਮਤਲਬ ਕੀ ਹੁੰਦਾ, ਜਿਹੜਾ ਸ਼ਾਂਤ ਹੋ ਜਾਵੇ, ਜਿਹੜਾ ਸਟੋਪ ਹੋ ਜਾਵੇ, ਜਿਹਦਾ ਇੱਕ ਐਂਡ ਹੁੰਦਾ। ਅਤੇ ਅਸ਼ਾਂਤ ਜਿਹੜਾ ਸ਼ਾਂਤ ਨਾ ਹੋਏ, ਮਤਲਬ ਜਿਹੜਾ ਚੱਲਦਾ ਰਹੇ, ਚੱਲਦਾ ਰਹੇ, ਚੱਲਦਾ ਰਹੇ, ਐਂਡ ਸੋ ਔਨ, ਚੱਲਦਾ ਰਹੇ। ਅੱਗੇ ਆਪਾਂ ਡਿਸਕਸ ਕਰਦੇ ਹਾਂ ਡਿਟੇਲ 'ਚ ਟਰਮੀਨੇਟਿੰਗ ਨੰਬਰਸ ਕਿਹੜੇ ਹੁੰਦੇ ਆ। ਜਿੱਦਾਂ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਪਹਿਲਾਂ 3.5, 1.2, ਐਂਡ ਸੋ ਔਨ। ਇੱਦਾਂ ਦੇ ਕੋਈ ਵੀ ਨੰਬਰਸ ਜਿਹੜੇ ਪੁਆਇੰਟ ਤੋਂ ਬਾਅਦ ਇੱਕ ਸਟੋਪ ਹੋ ਜਾਣ ਉਹ ਹੁੰਦੇ ਨੇ ਟਰਮੀਨੇਟਿੰਗ ਡੈਸੀਮਲਸ। ਜਿਵੇਂ ਇਸ ਤੋਂ ਵੱਡਾ ਆਪਾਂ ਦੇਖ ਲਈਏ 0.3476, ਇਹ ਇੱਥੇ ਨੰਬਰ ਸਟੋਪ ਹੋ ਗਿਆ, ਇਹ ਕੀ ਹੋ ਜਾਏਗਾ, ਟਰਮੀਨੇਟਿੰਗ ਡੈਸੀਮਲ। ਅੱਗੇ ਹੋਰ ਦੇਖੀਏ 1.764321, ਨੰਬਰ ਵੱਡਾ ਹੈਗਾ ਪਰ ਫਿਰ ਵੀ ਇਹਦਾ ਇੱਕ ਐਂਡ ਹੈਗਾ ਹੈ, ਤਾਂ ਇਹ ਕੀ ਹੋ ਗਿਆ, ਟਰਮੀਨੇਟਿੰਗ ਡੈਸੀਮਲ। ਫਿਰ ਅੱਗੇ ਆਪਾਂ ਅਗਰ ਇਹਦੀ ਡੈਫੀਨੇਸ਼ਨ ਦੇ ਫੋਰਮ 'ਚ ਕਰੀਏ ਤਾਂ ਡੈਫੀਨੇਸ਼ਨ ਇਹਦੀ ਕੀ ਹੈਗੀ ਆ, ਦਾ ਨੰਬਰਸ ਵਿੱਚ ਕਮ
to an end after a few repetition. ਉਹਨਾਂ ਨੇ ਕੀ ਕਿਹਾ ਆਪਾਂ ਨੂੰ ਦ ਨੰਬਰਸ ਵਿਚ ਕਮ ਟੂ ਐਨ ਐਂਡ ਆਫਟਰ ਫਿਊ ਰੈਪੀਟੀਸ਼ਨ, ਜਿਹੜੇ ਨੰਬਰਸ ਥੋੜ੍ਹਾ ਜਿਹਾ ਰਿਪੀਟ ਹੋਣ ਤੋਂ ਬਾਅਦ ਸਟੋਪ ਹੋ ਜਾਂਦੇ ਹੁੰਦੇ ਆ, ਜਿਨ੍ਹਾਂ ਦਾ ਇੱਕ ਐਂਡ ਪੁਆਇੰਟ ਹੁੰਦਾ ਹੈ, ਉਹ ਹੁੰਦੇ ਨੇ ਟਰਮੀਨੇਟਿੰਗ ਡੈਸੀਮਲਸ। ਜਿਹੜੇ ਸਟੋਪ ਨਾ ਹੋਣ ਉਹ ਹੁੰਦੇ ਨੇ ਨੋਨ ਟਰਮੀਨੇਟਿੰਗ ਡੈਸੀਮਲਸ। ਅੱਗੇ ਆਪਾਂ ਕਰਦੇ ਹਾਂ ਨੋਨ ਟਰਮੀਨੇਟਿੰਗ ਡੈਸੀਮਲਸ। ਇਹ ਸੀਗੇ ਟਰਮੀਨੇਟਿੰਗ, ਹੁਣ ਆਪਾਂ ਕਰਦੇ ਹਾਂ ਨੋਨ ਟਰਮੀਨੇਟਿੰਗ। ਨੋਨ ਟਰਮੀਨੇਟਿੰਗ ਡੈਸੀਮਲਸ ਵਿੱਚ ਕੀ ਹੁੰਦਾ, ਇੱਕ ਹੁੰਦੇ ਨੇ ਰਿਪੀਟਿੰਗ, ਇੱਕ ਹੁੰਦੇ ਨੇ ਨੋਨ ਰਿਪੀਟਿੰਗ। ਪਿੱਛੇ ਆਪਾਂ ਕੀ ਕੀਤਾ ਸੀ, ਡੈਸੀਮਲਸ ਦੋ ਤਰ੍ਹਾਂ ਦੇ ਹੁੰਦੇ ਆ, ਕਿਹੜੇ ਕਿਹੜੇ ਸੀਗੇ, ਇੱਕ ਟਰਮੀਨੇਟਿੰਗ ਸੀ, ਇੱਕ ਨੋਨ ਟਰਮੀਨੇਟਿੰਗ ਸੀ। ਟਰਮੀਨੇਟਿੰਗ ਆਪਾਂ ਪਿੱਛੇ ਡਿਸਕਸ ਕਰ ਲਿਆ, ਹੁਣ ਅੱਗੇ ਆਪਾਂ ਕਰਦੇ ਹਾਂ ਨੋਨ ਟਰਮੀਨੇਟਿੰਗ ਡੈਸੀਮਲਸ। ਨੋਨ ਟਰਮੀਨੇਟਿੰਗ ਡੈਸੀਮਲਸ ਫਿਰ ਅੱਗੇ ਦੋ, ਉਹਨਾਂ ਦੀ ਕਲਾਸੀਫਿਕੇਸ਼ਨ ਦੋ ਪਾਰਟਸ ਵਿੱਚ ਹੈਗੀ ਆ, ਰਿਪੀਟਿੰਗ ਅਤੇ ਨੋਨ ਰਿਪੀਟਿੰਗ। ਇਹ ਵੀ ਆਪਾਂ ਨੂੰ ਨਾਮ ਤੋਂ ਕਲੀਅਰ ਹੁੰਦਾ ਪਿਆ, ਰਿਪੀਟਿੰਗ ਕੀ ਹੁੰਦਾ, ਜਿਹੜੇ ਵਾਰ ਵਾਰ ਕੋਈ ਨੰਬਰ ਆਈ ਜੇ ਉਹ ਹੁੰਦੇ ਨੇ ਰਿਪੀਟਿੰਗ, ਅਤੇ ਨੋਨ ਰਿਪੀਟਿੰਗ ਕਿਹੜੇ ਹੁੰਦੇ ਨੇ, ਜਿਹੜਾ ਨੰਬਰ ਰਿਪੀਟ ਨਾ ਹੋਵੇ। ਠੀਕ ਆ, ਇਹ ਆਪਾਂ ਐਗਜ਼ਾਮਪਲ ਤੋਂ ਕਰਦੇ ਹਾਂ, ਜਿੱਦਾਂ ਇਹਦੀ ਪਹਿਲਾਂ ਆਪਾਂ ਐਗਜ਼ਾਮਪਲ ਦੇਖੀਏ ਰਿਪੀਟਿੰਗ 'ਚ, 0.33333 ਐਂਡ ਸੋ ਔਨ, ਇਹ ਹੈਗੇ ਨੇ ਰਿਪੀਟਿੰਗ। ਨੋਨ ਟਰਮੀਨੇਟਿੰਗ 'ਚ ਐਗਜ਼ਾਮਪਲ ਰਿਪੀਟਿੰਗ ਦੀ 0.33333 ਐਂਡ ਸੋ ਔਨ, ਅੱਗੇ ਚੱਲਦਾ ਜਾ ਰਿਹਾ, ਪਰ ਇੱਕੋ ਨੰਬਰ ਵਾਰ ਵਾਰ ਰਿਪੀਟ ਹੋ ਰਿਹਾ, ਉਹ ਕਿਹੜਾ ਹੈਗਾ, 3333333। ਅੱਗੇ ਆਪਾਂ ਹੋਰ ਐਗਜ਼ਾਮਪਲ ਦੇਖੀਏ, 0.67677667 ਐਂਡ ਸੋ ਔਨ। ਇਹਦੇ ਵਿੱਚ ਇੱਕ ਨੰਬਰ ਵੀ ਰਿਪੀਟ ਹੋ ਸਕਦਾ, ਦੋ ਨੰਬਰ ਵੀ ਰਿਪੀਟ ਹੋ ਸਕਦੇ ਆ, ਜ਼ਰੂਰੀ ਨਹੀਂ ਹੈਗਾ ਕਿ ਇੱਕ ਨੰਬਰ ਹੀ ਵਾਰ ਵਾਰ ਆਈ ਜਾਣਾ, ਨੰਬਰ ਚੇਂਜ ਵੀ ਹੋ ਸਕਦੇ ਆ, ਪਰ ਜਿਹੜਾ ਨੰਬਰ ਇੱਕ ਵਾਰ ਆਇਆ ਉਹੀ ਦੁਬਾਰਾ ਆਉਣਾ। ਠੀਕ ਆ, ਇਹ ਹੁੰਦੇ ਨੇ ਰਿਪੀਟਿੰਗ। ਇਹ ਜ਼ਰੂਰੀ ਨਹੀਂ ਕਿ 0 ਪੁਆਇੰਟ ਹੀ ਕੁਛ ਹੋ ਸਕਦੇ ਨੇ, ਅੱਗੇ ਹੋਰ ਦੇਖਦੇ ਹਾਂ ਆਪਾਂ ਐਗਜ਼ਾਮਪਲ, 0.456456456 ਐਂਡ ਸੋ ਔਨ। ਇਹਦੇ ਵਿੱਚ ਹੁਣ ਕੀ ਰਿਪੀਟ ਹੁੰਦਾ ਪਿਆ, 456456456, ਇਹ ਵੀ ਕੀ ਹੈਗੇ ਆ, ਰਿਪੀਟਿੰਗ। ਅੱਗੇ ਜਿਹੜਾ ਇੱਦਾਂ ਵਾਰ ਵਾਰ ਨੰਬਰ ਰਿਪੀਟ ਹੁੰਦਾ ਪਿਆ ਹੋਏ, ਉਹਨੂੰ ਆਪਾਂ ਇੱਕ ਹੋਰ ਫੋਰਮ 'ਚ ਲਿਖ ਸਕਦੇ ਹਾਂ, ਉਹ ਕਿਹੜੀ ਹੈਗੀ ਆ, ਬਾਰ 'ਚ। ਜਿੱਦਾਂ ਆਪਾਂ ਇੱਥੇ 0.0.333 ਨੂੰ ਲਿਖ ਲਿਆ, 3 3 ਐਂਡ ਸੋ ਔਨ, ਇਹਨੂੰ ਆਪਾਂ ਕਿੱਦਾਂ ਲਿਖ ਸਕਦੇ ਹਾਂ, 0.3 ਉੱਦਾਂ ਲਿਖ ਕੇ, 3 ਵਾਰ ਵਾਰ ਰਿਪੀਟ ਹੋ ਰਿਹਾ, ਉੱਪਰ ਕੀ ਲਗਾ ਦਿਆਂਗੇ, ਬਾਰ। ਇਹ ਬਾਰ, ਇਹ ਜਿਹੜੀ ਉੱਪਰ ਇੱਕ ਲਾਈਨ ਹੁੰਦੀ ਆ ਨਾ, ਛੱਤ ਜੀ ਬਣ ਜਾਂਦੀ ਆ ਕਿਸੇ ਵੀ ਨੰਬਰ ਦੇ ਉੱਪਰ, ਇਹਨੂੰ ਆਪਾਂ ਬਾਰ ਦੇ ਨਾਲ ਰੀਪ੍ਰਜੈਂਟ ਕਰਦੇ ਹਾਂ, ਇਹਦਾ ਨਾਮ ਹੈਗਾ ਬਾਰ। ਠੀਕ ਆ, ਅੱਗੇ ਆਪਾਂ ਇਹਦੇ ਵਿੱਚ ਕਿੱਦਾਂ ਕਰਾਂਗੇ, 0.67677667 ਨੂੰ ਇਹਨੂੰ ਲਿਖਾਂਗੇ 0.67 ਦੇ ਉੱਪਰ ਬਾਰ। ਠੀਕ ਆ, ਆ ਵੀ ਹੋ ਗਿਆ, ਆ ਵੀ ਹੋ ਗਿਆ, ਇਹਨੂੰ ਆਪਾਂ ਕਿੱਦਾਂ ਲਿਖਾਂਗੇ, 2.456 ਦੇ ਉੱਪਰ ਬਾਰ। ਇਹਦਾ ਮਤਲਬ ਕੀ ਆ, 4 5 6 ਨੰਬਰ ਵਾਰ ਵਾਰ ਰਿਪੀਟ ਹੋ ਰਿਹਾ, ਵਾਰ ਵਾਰ ਰਿਪੀਟ ਹੋ ਰਿਹਾ। ਠੀਕ ਹੈ, ਅੱਗੇ ਆਪਾਂ ਇਹਨੂੰ ਲੈਂਦੇ ਹਾਂ ਦੁਬਾਰਾ, ਹੁਣ ਇਹ ਅੱਗੇ ਹੋਰ ਵੀ ਕਿਹੜੇ ਫੋਰਮ 'ਚ ਲਿਖਿਆ ਜਾ ਸਕਦਾ, ਉਹ ਹੈਗੀ ਆ 0.3 ਨੂੰ ਲੈ ਲਿਆ ਉੱਪਰ ਬਾਰ, 0.3 ਕਿਹੜੀ ਫੋਰਮ 'ਚ ਲਿਖ ਸਕਦੇ ਹਾਂ, 1.3 1.3 ਕੀ ਹੈਗਾ,
पी बाय क्यू फॉर्म च 1/3। पी बाय क्यू फॉर्म च केड़े नंबर होंगे आ जिहड़े रैशनल होंगे आ, ते उन्होंने रैशनल की एक होर डेफिनेशन होंगी आ, वह की होंगी आ जिहड़ा नीचे वाला नंबर होंगे वो नॉट इक्वल टू जीरो होना चाहिए है, क्यू इज़ नॉट इक्वल टू जीरो ऑलवेज। हुण इहदे च देखो ये पी बाय क्यू फॉर्म च भी हैगा, जिहड़ा अपने कोल क्यू हैगा वह नॉन जीरो है, इज़ नॉट इक्वल टू जीरो, फिर ये की हो गया रैशनल नंबर। जिहड़े रैशनल नंबर होंगे आ वो पॉजिटिव भी हो सकते हैं तो नैगेटिव भी हो सकते हैं, जरूरी नहीं है कि वह कल पॉजिटिव नंबर ही होंगे, पॉजिटिव नैगेटिव दोनों हो सकते हैं। जिदा 1/3 आ, ये प्लस माइनस 1/3 ये रैशनल नंबर है, ठीक है। अगे होर आप रैशनल नंबर की एग्जाम्पल्स देखते हैं, जिदा प्लस माइनस 3/7, प्लस माइनस 4/3, ये पी बाय क्यू फॉर्म से, तो क्यू इज़ नॉट इक्वल टू जीरो, ठीक है। ये सीगी रिपीटिंग नॉन टर्मीनेटिंग डेसीमल्स की एक्सप्लानेशन। जिहड़ा एक ही नंबर वार वार रिपीट हो जाए उन्हूं आपां कहने आ रिपीटिंग नॉन टर्मीनेटिंग डेसीमल्स। फिर अगे जिहड़ा नंबर वार वार रिपीट हो रहा उन्दे उपर आपां की लगा देना बार, फिर बार की रीप्रजेंटेशन अगे कोई भी नंबर हैगा उन तां बार हटा के 1/3, 1/3 रैशनल नंबर है क्योंकि वह पी बाय क्यू फॉर्म से, क्यू इज़ नॉट इक्वल टू जीरो, तो वह नंबर की हो गया रैशनल, ठीक है। अगे आप करते हैं नॉन रिपीटिंग, नॉन रिपीटिंग नॉन टर्मीनेटिंग डेसीमल्स। नॉन रिपीटिंग का मतलब जिहड़ा नंबर रिपीट नहीं हो रहा उनकी आप एग्जाम्पल लें, 0.1, 2, 3, 7, 6, 4, 5, up to so on। ये नंबर रिपीट नहीं हो रहा बार बार, पर पिछे देखो रुक भी नहीं रहा, चलता जा रहा चलता जा रहा, ये नंबर केड़ा होंदा है नॉन रिपीटिंग नॉन टर्मीनेटिंग डेसीमल। अगे देखते हैं इनू आप कदे भी 1/ कुछ भी इदा रीप्रजेंट नहीं कर सकते, पी बाय क्यू फॉर्म इनू रीप्रजेंट नहीं कर सकते, आपू पी बाय क्यू फॉर्म रीप्रजेंट नहीं कर सकते, फिर ये की हो जाएंगे इरैशनल नंबरस, इरैशनल नंबर्स जिहड़े पी बाय क्यू फॉर्म च नहीं लिखे जा सकते वह की होंगे ने इरैशनल नंबरस, जिहड़े लिखे जा सकते वह की होंगे ने रैशनल नंबरस। अगे आप देखते हैं जिहड़े अंडर रूट च नंबरस होंगे, अंडर रूट 2, अंडर रूट 3, अंडर रूट 5, ये भी की होंगे इरैशनल नंबरस। एक होर इरैशनल की एग्जाम्पल हैगी आ, वह की आ पाई, पाई की आ इरैशनल, पर हमेशा एक गल का ध्यान रखना है अंडर रूट च हमेशा पॉजिटिव होना चाहिए, अंडर रूट च हमेशा की होना चाहिए पॉजिटिव, क्योंकि अगर अंडर रूट च नैगेटिव हो गया पिछे आपां कीता सी वह नंबर की बन जाएंगे इमेजनरी नंबरस। पर आपां किंदियां फॉर्म्स करते पे आ रियल नंबरस नूं अगे डिस्कस करते पे आ, हमेशा अंडर रूट च पॉजिटिव होना चाहिए तो ही वो नॉन रिपीटिंग नॉन टर्मीनेटिंग डेसीमल बनेगा, ठीक है। होप तुहानू सारयां नू वधिया समझ आ रही होएगी, फिर भी अगर कोई भी दिक्कत आ तो तुसी कमेंट सैक्शन में जरूर दस्यो। अगे आपां करते हैं इंटीजर्स, अगे की करते हैं आपां इंटीजर्स, इंटीजर्स की होंदे आ, इंटीजर्स नू रीप्रजेंट करन दा तरीका आई और जैड,
ਜਾਂ ਤਾਂ ਇਹਨੂੰ ਆਈ ਨਾਲ ਰੀਪ੍ਰੈਜੈਂਟ ਕਰ ਸਕਦੇ ਹਾਂ ਜਾਂ ਜ਼ੈਡ ਨਾਲ, ਇਹ ਇਹਨਾਂ ਦੇ ਕੀ ਹੈਗੇ ਆ ਸਿੰਬਲਸ ਆ। ਕਿਤੇ ਕਿਤੇ ਇੱਦਾਂ ਵੀ ਕੁਐਸਚਨ 'ਚ ਲਿਖਿਆ ਆ ਸਕਦਾ, ਧਿਆਨ ਰੱਖਣਾ। ਫਿਰ ਇੰਟੀਜ਼ਰਸ ਦੀ ਕਲਾਸੀਫਿਕੇਸ਼ਨ, ਇਹ ਤਿੰਨ ਫੋਰਮਸ ਦੇ ਹੁੰਦੇ ਆ, ਕਿਹੜੇ ਕਿਹੜੇ? ਨੈਗੇਟਿਵ, ਨੋਨ ਨੈਗੇਟਿਵ ਅਤੇ ਪੋਜ਼ਿਟਿਵ। ਹੁਣ ਤੁਸੀਂ ਇਹ ਸੋਚੋਗੇ ਕਿ ਨੈਗੇਟਿਵ ਤਾਂ ਹੋ ਗਿਆ ਅਲੱਗ, ਪਰ ਜਿਹੜੇ ਨੋਨ ਨੈਗੇਟਿਵ ਹੁੰਦੇ ਆ ਉਹਦਾ ਮਤਲਬ ਕੀ ਹੋ ਗਿਆ? ਉਹ ਤਾਂ ਪੋਜ਼ਿਟਿਵ ਆ, ਅਤੇ ਮੈਮ ਨੇ ਅਲੱਗ ਵੱਖਰਾ ਲਿਖਤਾ ਪੋਜ਼ਿਟਿਵ, ਇਹ ਕੀ ਹੋ ਗਿਆ? ਅੱਗੇ ਆਪਾਂ ਡਿਸਕਸ ਕਰਦੇ ਹਾਂ ਇਹਦਾ ਮਤਲਬ ਕੀ ਹੈਗਾ। ਆਪਾਂ ਪਿੱਛੇ ਕਰਿਆ ਸੀ ਨੰਬਰ ਲਾਈਨ ਕੀ ਹੁੰਦੀ ਆ, ਆਹ ਹੁੰਦੀ ਆ ਨੰਬਰ ਲਾਈਨ, ਇਹਦੇ ਸੈਂਟਰ 'ਚ 0, 1, 2, 3, 4 ਅਪ ਟੂ ਸੋ ਔਨ। ਅਤੇ ਇੱਧਰ ਵਾਲੀ ਸਾਈਡ 'ਤੇ ਕਿਹੜੇ ਨੰਬਰਸ ਹੁੰਦੇ ਆ? ਨੈਗੇਟਿਵ ਨੰਬਰਸ, -1, -2, -3, -4 ਐਂਡ ਅਪ ਟੂ ਸੋ ਔਨ। ਇੱਥੇ ਆਪਾਂ ਦੇਖਦੇ ਹਾਂ ਸਭ ਤੋਂ ਪਹਿਲੀ ਗੱਲ, ਨੋਨ ਨੈਗੇਟਿਵ ਇੰਟੀਜ਼ਰਸ ਕਿਹੜੇ ਹੁੰਦੇ ਆ? ਨੋਨ ਨੈਗੇਟਿਵ ਇੰਟੀਜ਼ਰ ਹੁੰਦਾ 0, ਇੱਕੋ ਇੱਕ ਨੋਨ ਨੈਗੇਟਿਵ ਇੰਟੀਜ਼ਰ ਹੈਗਾ ਉਹ ਕੀ ਆ? 0। ਫਿਰ ਪੋਜ਼ਿਟਿਵ, ਪੋਜ਼ਿਟਿਵ ਹੁੰਦੇ ਆ 0 ਤੋਂ ਰਾਈਟ ਸਾਈਡ ਵਾਲੇ, 1, 2, 3 ਅਪ ਟੂ ਸੋ ਔਨ, ਇਹ ਸਾਰੇ ਜਿਹੜੇ ਹੋ ਗਏ ਪੋਜ਼ਿਟਿਵ। ਫਿਰ ਨੈਗੇਟਿਵ, ਨੈਗੇਟਿਵ 0 ਤੋਂ ਲੈਫਟ ਹੈਂਡ ਸਾਈਡ ਵਾਲੇ ਸਾਰੇ ਨੰਬਰਸ, ਇਹ ਕਿਹੜੇ ਹੁੰਦੇ ਨੇ? ਨੈਗੇਟਿਵ ਇੰਟੀਜ਼ਰਸ। ਬਹੁਤ ਸਿੰਪਲ ਹੈ, 0 ਕੀ ਹੈਗਾ? ਨੋਨ ਨੈਗੇਟਿਵ। ਪੋਜ਼ਿਟਿਵ ਕਿਹੜੇ ਹੈਗੇ ਆ? 1, 2, 3, 4 ਅਪ ਟੂ ਸੋ ਔਨ। ਅਤੇ ਨੈਗੇਟਿਵ ਕਿਹੜੇ ਹੈਗੇ ਆ? -1, -2, -3, -4 ਅਪ ਟੂ ਸੋ ਔਨ। ਹੁਣ ਇੱਕ ਗੱਲ ਹਮੇਸ਼ਾ ਯਾਦ ਰੱਖਣੀ ਹੈ, ਜਿਹੜਾ ਨੋਨ ਨੈਗੇਟਿਵ ਇੰਟੀਜ਼ਰ ਹੈਗਾ ਉਹ ਇਕਲੌਤਾ ਹੀ ਆ, ਇੱਕੋ ਇੱਕ ਮਾਂ ਪਿਓ ਦਾ ਪੁੱਤਰ ਹੈਗਾ ਉਹ ਕਿਹੜਾ? 0। ਠੀਕ ਆ, ਲਾਡਲਾ ਲਾਡਲਾ ਹੈਗਾ ਤਾਂ ਹੀ 0 ਰਹਿ ਗਿਆ ਵਿਚਾਰਾ, ਜਿਹੜੇ ਜ਼ਿਆਦਾ ਲਾਡਲੇ ਹੁੰਦੇ ਆ ਉਹ ਹਮੇਸ਼ਾ ਪਿੱਛੇ ਹੀ ਰਹਿ ਜਾਂਦੇ ਹੁੰਦੇ ਆ। ਅੱਗੇ ਕੁਝ ਕੀ ਪੁਆਇੰਟਸ ਨੇ ਨੋਟ ਕਰੋ, ਨੋਨ ਨੈਗੇਟਿਵ ਇੰਟੀਜ਼ਰ ਇਜ਼ 0। ਨੋਨ ਨੈਗੇਟਿਵ ਇੰਟੀਜ਼ਰ ਕਿਹੜਾ ਹੈਗਾ? 0। ਅੱਗੇ ਪੋਜ਼ਿਟਿਵ ਇੰਟੀਜ਼ਰਸ, ਪੋਜ਼ਿਟਿਵ ਇੰਟੀਜ਼ਰਸ 1, 2, 3, 4 ਅਪ ਟੂ ਸੋ ਔਨ, ਇਹ ਸਾਰੇ ਪੋਜ਼ਿਟਿਵ ਇੰਟੀਜ਼ਰਸ। ਅੱਗੇ ਨੈਗੇਟਿਵ ਇੰਟੀਜ਼ਰਸ, -1, -2, -3, -4 ਅਪ ਟੂ ਸੋ ਔਨ। ਠੀਕ ਆ, ਇਹ ਤਿੰਨ ਪੁਆਇੰਟਸ ਹੈਗੇ ਆ ਜਿਹੜੇ ਹਮੇਸ਼ਾ ਯਾਦ ਰੱਖਣੇ ਆ। ਇੱਕ ਹੋਰ ਗੱਲ ਨੋਟ ਕਰਨ ਵਾਲੀ ਆ, 0 ਇਜ਼ ਨਾਈਦਰ ਪੋਜ਼ਿਟਿਵ ਨੋਰ ਨੈਗੇਟਿਵ। 0 ਕੀ ਆ? ਨਾਈਦਰ ਪੋਜ਼ਿਟਿਵ ਨੋਰ ਨੈਗੇਟਿਵ, ਆਪਾਂ ਉਹਨੇ ਉੱਪਰ ਕੀਤਾ ਕਿ 0 ਕੀ ਆ? ਨੋਨ ਨੈਗੇਟਿਵ, ਨਾਈਦਰ ਪੋਜ਼ਿਟਿਵ ਨੋਰ ਨੈਗੇਟਿਵ। ਅੱਗੇ ਦਾ ਸਮਾਲੈਸਟ ਇੰਟੀਜ਼ਰ ਇਜ਼ ਮਾਈਨਸ ਦਾ ਇਨਫਿਨਿਟੀ। ਠੀਕ ਹੈ, ਇਹ ਵੀ ਯਾਦ ਰੱਖਣਾ ਹੈ, ਸਮਾਲੈਸਟ ਇੰਟੀਜ਼ਰ ਕਿਹੜਾ ਹੈਗਾ? ਮਾਈਨਸ ਦਾ ਇਨਫਿਨਿਟੀ। ਅੱਗੇ ਅੱਗੇ ਆਪਾਂ ਕੁਐਸਚਨਸ ਕਰਦੇ ਹਾਂ, ਕੁਛ ਬੇਸਿਕ ਕੁਐਸਚਨਸ ਹੈਗੇ ਆ ਜਿਹੜੇ ਡਾਇਰੈਕਟ ਪੇਪਰ 'ਚ ਪੁੱਛੇ ਜਾ ਸਕਦੇ ਆ, ਤੁਸੀਂ ਧਿਆਨ ਰੱਖਣਾ ਇਹਨਾਂ ਦਾ। ਠੀਕ ਆ, ਫਸਟ ਕੁਐਸਚਨ ਕਿਹੜਾ ਹੈਗਾ? ਆਲ ਇੰਟੀਜ਼ਰਸ ਆਰ ਰੈਸ਼ਨਲ, ਆਲ ਇੰਟੀਜ਼ਰਸ ਆਰ ਰੈਸ਼ਨਲ, ਉਹਨਾਂ ਨੇ ਪੁੱਛਿਆ ਕਿ ਸਾਰੇ ਇੰਟੀਜ਼ਰ ਰੈਸ਼ਨਲ ਹੁੰਦੇ ਆ। ਆਪਾਂ ਹੁਣ ਦੇਖਦੇ ਹਾਂ ਰੈਸ਼ਨਲ ਕੀ ਹੁੰਦਾ, ਰੈਸ਼ਨਲ ਹੁੰਦੇ ਨੇ ਜਿਹੜੇ ਪੀ ਬਾਏ ਕਿਊ ਫੋਰਮ 'ਚ ਲਿਖੇ ਜਾ ਸਕਦੇ ਹੋਣ।
ਹੁਣ ਆਪਾਂ ਉੱਪਰ ਦੇਖਦੇ ਹਾਂ ਆਪਣੇ ਇੰਟੀਜ਼ਰਸ ਕਿਹੜੇ ਸੀ। ਇੰਟੀਜ਼ਰਸ ਆਪਣੇ ਕੋਲ ਹੈਗੇ ਆ 0, 1, 2, 3 ਅਤੇ ਨੈਗੇਟਿਵ ਵੀ ਹੈਗੇ ਆ। ਹੁਣ ਤੁਸੀਂ ਇਹ ਧਿਆਨ ਦਿਓ ਕਿ ਇੰਟੀਜ਼ਰਸ ਨੂੰ ਆਪਾਂ ਪੀ ਬਾਈ ਕਿਊ ਫੋਰਮ 'ਚ ਲਿਖ ਸਕਦੇ ਹਾਂ। ਆਫਕੋਰਸ ਲਿਖ ਸਕਦੇ ਹਾਂ। ਕਿੱਦਾਂ ਲਿਖ ਸਕਦੇ ਹਾਂ? ਕੋਈ ਵੀ ਨੰਬਰ ਹੈਗਾ ਅਗਰ ਉਹਦੇ ਨੀਚੇ ਕੁਛ ਵੀ ਨਹੀਂ ਹੈਗਾ, ਜਿੱਦਾਂ ਕੋਈ ਵੀ ਨੰਬਰ ਆਪਾਂ ਐਕਸ ਸਲੈਕਟ ਕਰ ਲਈਏ, ਅਗਰ ਉਹਦੇ ਨੀਚੇ ਕੁਛ ਵੀ ਨਹੀਂ ਹੈਗਾ ਤਾਂ ਉਹਦੇ ਨੀਚੇ ਕੀ ਲਗਾ ਸਕਦੇ ਹਾਂ ਆਪਾਂ? 1, ਜਿੱਦਾਂ ਕਹਿੰਦੇ ਹੁੰਦੇ ਆ ਨਾ ਸਭ ਕਾ ਮਾਲਿਕ ਏਕ, ਜਿੰਦਾ ਕੋਈ ਵੀ ਨਹੀਂ ਹੁੰਦਾ ਉਹਦਾ ਰੱਬ ਹੁੰਦਾ, ਉੱਦਾਂ ਇੱਕ ਨੂੰ ਕੀ ਲੈ ਲੈਣਾ? ਰੱਬ। ਠੀਕ ਆ, 1 ਕੀ ਹੈਗਾ? ਗੋਡ। ਤਾਂ ਜਿਹਦੇ ਨੀਚੇ ਕੁਛ ਵੀ ਨਹੀਂ ਹੈਗਾ ਉਹਦੇ ਨੀਚੇ ਕੀ ਲਗਾ ਸਕਦੇ ਹਾਂ ਆਪਾਂ? 1। ਫਿਰ ਇਹ ਸਾਰਿਆਂ ਦੇ ਨੀਚੇ ਹੀ 1 ਤਾਂ ਲਗਾ ਸਕਦੇ ਹਾਂ। -1 ਦੇ ਨੀਚੇ 1 ਲਗਾ ਲਓ, -2 ਦੇ ਨੀਚੇ 1 ਲਗਾ ਲਓ, 1 ਦੇ ਨੀਚੇ 1 ਲਗਾ ਲਓ, 0 ਦੇ ਨੀਚੇ 1 ਲਗਾ ਲਓ। ਠੀਕ ਆ, ਕਿਸੇ ਦੇ ਨੀਚੇ ਵੀ ਆਪਾਂ 1 ਲਗਾ ਸਕਦੇ ਹਾਂ। ਫਿਰ ਕੀ ਹੋ ਗਏ ਇੰਟੀਜ਼ਰਸ? ਕੀ ਹੋ ਗਏ? ਰੈਸ਼ਨਲ ਹੋ ਗਏ, ਕਿਉਂਕਿ ਆਪਾਂ ਨੀਚੇ 1 ਲਗਾ ਸਕਦੇ ਹਾਂ। ਫਿਰ ਇਹਦਾ ਆਂਸਰ ਕੀ ਹੋ ਜਾਏਗਾ? ਯੈਸ। ਜਿੱਦਾਂ 4/1, 3/1, -2/1, -4/1, ਅਪ ਟੂ ਸੋ ਔਨ, ਸਾਰੇ ਇੰਟੀਜ਼ਰਸ ਕੀ ਹੁੰਦੇ ਆ? ਰੈਸ਼ਨਲ ਨੰਬਰਸ ਹੁੰਦੇ ਆ। ਇਹ ਕੁਸ਼ਚਨ ਹਮੇਸ਼ਾ ਯਾਦ ਰੱਖਣਾ। ਇਹ ਕਈ ਵਾਰ ਕੁਸ਼ਚਨ ਪੇਪਰ ਵਿੱਚ ਇੱਦਾਂ ਹੀ ਪੁੱਛ ਲੈਂਦੇ ਹੁੰਦੇ ਆ। ਅੱਗੇ ਆਪਾਂ ਇੱਕ ਹੋਰ ਕੁਸ਼ਚਨ ਕਰਦੇ ਹਾਂ, ਉਹ ਕੀ ਹੈਗਾ? ਆਰ ਆਲ ਰੈਸ਼ਨਲ ਨੰਬਰਸ ਇੰਟੀਜ਼ਰਸ? ਕੁਸ਼ਚਨ, ਆਰ ਆਲ ਰੈਸ਼ਨਲ ਨੰਬਰਸ ਇੰਟੀਜ਼ਰਸ? ਕੀ ਸਾਰੇ ਰੈਸ਼ਨਲ ਨੰਬਰਸ ਇੰਟੀਜ਼ਰਸ ਹੁੰਦੇ ਆ? ਇਹ ਹੁੰਦਾ ਉਲਟ ਆ ਗਿਆ। ਹੁਣ ਇੱਥੇ ਕਈ ਬੱਚੇ ਸੋਚਣਗੇ ਕਿ ਹਾਂ ਆਫਕੋਰਸ, ਜੇ ਇੰਟੀਜ਼ਰਸ ਰੈਸ਼ਨਲ ਨੰਬਰ ਹੋ ਸਕਦੇ ਆ ਤਾਂ ਰੈਸ਼ਨਲ ਨੰਬਰਸ ਵੀ ਇੰਟੀਜ਼ਰਸ ਹੋਣਗੇ, ਪਰ ਇੱਦਾਂ ਨਹੀਂ ਹੁੰਦਾ। ਠੀਕ ਹੈ, ਇਹਦੀ ਆਪਾਂ ਐਕਸਪਲੇਨੇਸ਼ਨ ਕਰਦੇ ਹਾਂ। ਜਿੱਦਾਂ ਉੱਥੇ ਪਿੱਛੇ ਉਹਨਾਂ ਨੇ ਕੀ ਦਿੱਤਾ ਸੀ? ਰੈਸ਼ਨਲ, ਆਪਾਂ ਰੈਸ਼ਨਲ ਨੂੰ ਪਿੱਕ ਕਰ ਲਿਆ ਸੀ। ਇੱਥੇ ਉਹਨਾਂ ਨੇ ਪਿੱਛੇ ਆਪਾਂ ਨੂੰ ਕੀ ਦਿੱਤਾ? ਇੰਟੀਜ਼ਰਸ, ਆਪਾਂ ਇੰਟੀਜ਼ਰਸ ਨੂੰ ਪਿੱਕ ਕਰ ਲਾਂਗੇ। ਇੰਟੀਜ਼ਰ ਕਿਹੜੇ ਹੁੰਦੇ ਆ? ਜਿਹੜੇ ਪੂਰੇ 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 ਬਟਿਆਂ ਵਾਲੇ ਨੰਬਰ ਵੀ ਹੋ ਸਕਦੇ ਆ, ਜਾਂ ਕੋਈ ਵੀ ਪੂਰੇ ਪੂਰੇ ਨੰਬਰਸ ਹੁੰਦੇ ਆ ਜਿਹੜੇ 1/2, 0.5। ਇਹ ਕੀ ਹੈਗਾ? ਇਹ ਰੈਸ਼ਨਲ ਨੰਬਰ ਆ 1/2। ਜਿੱਦਾਂ 1/2 ਰੈਸ਼ਨਲ ਨੰਬਰ ਹੈ, ਪਰ 1/2 ਨੂੰ ਅਗਰ ਆਪਾਂ ਡਿਵਾਈਡ ਕਰਦੇ ਹਾਂ ਤਾਂ ਆਂਸਰ ਕੀ ਆ ਜਾਂਦਾ? 0.5। ਅਤੇ 0.5 ਇੰਟੀਜ਼ਰ ਨਹੀਂ ਹੈਗਾ। ਠੀਕ ਹੈ, ਤਾਂ ਇਹ ਕੀ ਹੋ ਜਾਣਗਾ? ਨੋ। ਇਹਦਾ ਆਂਸਰ ਕੀ ਹੋ ਜਾਏਗਾ? ਨੋ। ਹਰੇਕ ਰੈਸ਼ਨਲ ਨੰਬਰ ਇੰਟੀਜ਼ਰ ਹੋਏ ਇਹ ਜ਼ਰੂਰੀ ਨਹੀਂ ਹੈਗਾ, ਪਰ ਹਰੇਕ ਇੰਟੀਜ਼ਰ ਰੈਸ਼ਨਲ ਨੰਬਰ ਹੁੰਦਾ ਹੈ। ਓਕੇ, ਹੁਣ ਆਪਾਂ ਛੋਟਾ ਜਿਹਾ ਇੱਕ ਡਾਇਗ੍ਰਾਮ ਦੇਖਦੇ ਹਾਂ। ਜਿੱਦਾਂ ਜਿਹੜੇ ਇੰਟੀਜ਼ਰਸ ਹੁੰਦੇ ਆ ਉਹਨਾਂ ਦਾ ਏਰੀਆ ਛੋਟਾ ਹੁੰਦਾ ਹੈ, ਜਿਹੜੇ ਰੈਸ਼ਨਲ ਨੰਬਰਸ ਹੁੰਦੇ ਆ ਉਹਨਾਂ ਦਾ ਏਰੀਆ ਵੱਡਾ ਹੁੰਦਾ ਹੈ। ਜਿਹੜੇ ਇੰਟੀਜ਼ਰ ਆ ਸਾਰੇ ਦੇ ਸਾਰੇ ਰੈਸ਼ਨਲ ਨੰਬਰ ਦੇ ਵਿੱਚ ਪਏ ਹੋਏ ਆ, ਪਰ ਕੁਝ ਰੈਸ਼ਨਲ ਨੰਬਰ ਇੰਟੀਜ਼ਰਸ ਤੋਂ ਇੱਥੇ ਬਾਹਰ ਵੀ ਹੁੰਦੇ ਆ, ਜਿਹੜੇ ਕਿ ਇੰਟੀਜ਼ਰ ਨਹੀਂ ਹੁੰਦੇ। ਇੱਥੇ ਕੀ ਆ? ਰੈਸ਼ਨਲ ਨੰਬਰਸ। ਠੀਕ ਹੈ, ਸੋ ਹੋਪ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵਧੀਆ ਸਮਝ ਆਈ ਹੋਏਗੀ। ਅੱਜ ਦਾ ਟੋਪਿਕ ਇੱਥੋਂ ਤੱਕ ਹੀ ਸੀ, ਆਪਾਂ ਬਹੁਤ ਬੇਸਿਕਸ ਤੋਂ ਕੀਤਾ, ਸਾਰਿਆਂ ਨੂੰ ਤੁਹਾਨੂੰ ਸਮਝ ਆ ਗਈ ਹੋਏਗੀ। ਐਂਡ ਇਸ ਲੈਕਚਰ ਦਾ PDF ਤੁਹਾਨੂੰ ਟੈਲੀਗ੍ਰਾਮ ਚੈਨਲ 'ਤੇ ਪ੍ਰੋਵਾਈਡ ਹੋ ਜਾਏਗਾ। ਟੈਲੀਗ੍ਰਾਮ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ, ਉੱਥੇ ਜਾ ਕੇ ਤੁਸੀਂ ਫੋਲੋ ਕਰ ਲਿਓ, ਚੈਨਲ ਨੂੰ ਜੁਆਇਨ ਕਰ ਲਿਓ, ਤਾਂ ਕਿ ਤੁਹਾਨੂੰ PDF ਮਿਲ ਸਕੇ ਅਤੇ ਤੁਹਾਡੀ ਰਿਵੀਜ਼ਨ ਈਜ਼ੀਲੀ ਹੋ ਜਾਏ।
ਸੋ ਆਪਾਂ ਅੱਜ ਜੋ ਵੀ ਕੀਤਾ ਸੀ ਉਹਨੂੰ ਰਿਵਾਈਜ਼ ਕਰ ਲਿਓ, ਅਤੇ ਅਗਲੇ ਲੈਕਚਰ 'ਚ ਆਪਾਂ ਨੈਕਸਟ ਕਰਾਂਗੇ, ਇਹਨੂੰ ਹੀ ਪ੍ਰੋਸੀਡ ਕਰਾਂਗੇ ਅੱਗੇ। ਅੱਜ ਸੀਗਾ ਡੇ 1 ਮੈਥਸ ਦੇ ਲੈਕਚਰ ਦਾ, ਅੱਗੇ ਇੱਦਾਂ ਹੀ ਆਪਾਂ ਹੌਲੀ ਹੌਲੀ ਕੰਟੀਨਿਊ ਕਰਾਂਗੇ। ਤੁਸੀਂ ਸਾਰੇ ਇੱਦਾਂ ਹੀ ਜੁੜੇ ਰਹੋ। ਜੋ ਵੀ ਇਸ ਚੈਨਲ 'ਤੇ ਬੱਚੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਅਤੇ ਸਾਰੇ ਬੱਚੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਰਿਆਂ ਨੂੰ ਲੈਕਚਰ ਕਿੱਦਾਂ ਦਾ ਲੱਗਿਆ। ਠੀਕ ਆ, ਓਕੇ, ਬਾਏ, ਥੈਂਕ ਯੂ ਐਵਰੀਵਨ।